ਕੀ ਨਾਮ ਤੁਹਾਡਾ? ਮੇਰਾ ਨਾਮ ਰਾਜਵੀਰ ਸਿੰਘ ਹੈ। ਜਿਹੜੇ ਬੱਚੇ ਨਾਲ ਇੱਕ ਨਾਲ ਵਾਪਰੀ ਆ, ਉਹ ਤੁਹਾਡੇ ਕੀ ਲੱਗਦੇ ਸੀ? ਮੇਰਾ ਭਾਣਜਾ ਸੀ, ਕਿੰਨੀ ਕੁ ਉਮਰ ਸੀ ਉਹਨਾਂ ਦੀ? ਇਹਨਾਂ 17 ਸਾਲ ਉਮਰ ਹੈ। ਉੱਤੋਂ ਵੀਰ ਪਹਿਲਵਾਨ ਦੇ ਨਾਂ ਨਾਲ ਜਾਣਿਆ ਜਾਂਦਾ ਇਲਾਕੇ ਵਿੱਚ। ਆਪਣੇ ਨਵਾਂ ਚਲੋ ਪਹਿਲਵਾਨ ਤਿਆਰ ਹੋ ਰਿਹਾ। ਪਹਿਲਵਾਨੀ ਕਰਦੇ ਸੀ? ਹਾਂਜੀ ਹਾਂਜੀ, ਹੋਰ ਬਹੁਤ ਵੀ ਦਾਦੇ ਸ਼ੇਰ ਬੱਚੇ ਵਾਂਗੂ ਪਰੇਡ ਬੜੇ ਆ। ਕਰਦੇ ਸੀ? ਹਾਂਜੀ ਜਿਹੜੇ ਪ੍ਰਿਤਪਾਲ ਨਹੀਂ ਆ, ਹਾਂਜੀ ਉਹਨਾਂ ਨਾਲ ਘੁਲਦੇ ਹੁੰਦੇ ਸੀ ਮੁੰਡਾ? ਪ੍ਰਿਤਪਾਲ ਪਹਿਲਵਾਨ ਜਿਹੜਾ ਉਹਨਾਂ ਦਾ ਜਾਣਕਾਰੀ ਸਾਹਮਣੇ ਆਈ ਘਟਨਾ ਕਿਵੇਂ ਵਾਪਰੀ? ਘਟਨਾ ਤਿਰਛਾ ਮੋੜ ਹੀ, ਓਵਰ ਸਪੀਡ ਹੀ ਥੋੜੀ, ਤੇ ਉਹਦੇ ਕਾਰਨ ਫਿਰ ਕੰਟਰੋਲ ਨਹੀਂ ਹੋਈ ਗੱਡੀ। ਇਹੀ ਕਾਰਨ ਸਾਹਮਣੇ ਆਇਆ ਇਹ ਤੱਕ ਤੇ, ਬਾਕੀ ਤੁਹਾਡੇ ਸਾਹਮਣੇ ਹੀ ਆ ਹਾਲਾਤ ਜਿਹੜੇ। ਹੋਰ ਜਿਹੜੇ ਬੱਚੇ ਅਕਸਰ ਹੀ ਇਹ ਗੱਡੀਆਂ ਬੜੀਆਂ ਤੇਜ਼ ਚਲਾਉਂਦੇ, ਉਹਨਾਂ ਨੂੰ ਵੀ ਕੁਝ ਮੈਸੇਜ ਦੇਣਾ ਚਾਹੁੰਦੇ? ਨਹੀਂ ਫੜਾਉਣੀ ਚਾਹੀਦੀ ਗੱਡੀ ਜੀ, ਇਹ ਤੋਂ ਘੱਟ ਜਿੰਨਾ ਚਿਰ 18 ਸਾਲ ਤੋਂ ਬਾਅਦ ਜਿਹੜੀ ਆ, ਫਿਰ ਵੀ ਨਾਲ ਬੈਠਣਾ ਚਾਹੀਦਾ, ਇਕੱਲਿਆਂ ਨਹੀਂ ਭੇਜਣਾ ਚਾਹੀਦਾ। ਹਾਂਜੀ ਬੇਟੇ, ਕੀ ਨਾਮ ਤੁਹਾਡਾ? ਮੇਰਾ ਭਾਈ ਗਗਨਪਾਲ ਸਿੰਘ ਨਾਮ। ਕਿਹੜਾ ਪਿੰਡ ਆ ਤੁਹਾਡਾ? ਪਿੰਡ ਉੱਚਾ ਭਾਈ। ਜਿਹੜੇ ਇਹ ਘਟਨਾਗ੍ਰਸਤ ਵਿੱਚ ਨੌਜਵਾਨ ਦੀ ਮੌਤ ਹੋਈ ਆ, ਤੁਹਾਡੇ ਕੀ ਲੱਗਦੇ ਸੀਗੇ? ਆਪਣਾ ਭਤੀਜਾ ਹੀ ਲੱਗਦਾ ਜੀ ਮੈਨੂੰ। ਕਿੰਨੀ ਕੁ ਉਮਰ ਸੀ ਉਹਨਾਂ ਦੀ? ਉਹਨਾਂ ਦੀ 17 ਸਾਲ ਉਮਰ ਸੀ, ਤੇ 8 ਤਰੀਕ ਨੂੰ ਉਹਨੂੰ ਲੱਗਣਾ ਸੀ ਫਾਰਮਾ। ਹਾਂ ਤੇ ਘਟਨਾ ਕਿਵੇਂ ਵਾਪਰੀ ਆ? ਤੇ ਵਾਪਰੀ ਭਾਈ ਮੰਡੀ ਮੋੜੋਂ ਆਇਆ ਵਾ, ਤੇ ਇੱਥੇ ਆਣ ਕੇ ਦੋਸਤ ਨੂੰ ਛੱਡ ਕੇ ਆਇਆ ਕਿਤੇ, ਤੇ ਇੱਧਰੋਂ ਲੈਣ ਜਾਣ ਦਿਆ ਦੋਸਤ ਨੂੰ, ਇਹ ਗੱਲ ਹੋ ਗਈ। ਉਹ ਤਾਂ ਚੱਲ ਗਿਆ ਦੁਨੀਆ ਤੇ, ਕੀ ਕਰੇ ਬੰਦਾ। ਮੌਤ ਜਿਹੜੀ ਨੌਜਵਾਨ ਦੀ ਮੌਕੇ ਤੇ ਹੋ ਗਈ ਸੀ? ਮੌਕੇ ਤੇ ਹੋ ਗਈ ਭਾਜੀ। ਰਾਤ ਦਾ ਸਾਹ ਵੀ ਨਹੀਂ ਲਿਆ ਬੰਦੇ ਨੇ, ਕੋਈ ਪਤਾ ਲੱਗਾ ਇਹ ਪਰਿਵਾਰ ਨੂੰ ਭਾਈ? ਇਦਾਂ ਬਸ ਪਤਾ ਲੱਗ ਗਿਆ, ਮੁੰਡੇ ਦੇ ਯਾਰ ਦੋਸਤ ਨੇ ਉਹਨੇ ਫੋਨ ਕੀਤਾ, ਲੱਭ ਲੁੱਭ ਲਿਆ ਇਦਾਂ ਹੀ ਆ। ਜਦੋਂ ਪਰਿਵਾਰ ਮੌਕੇ ਤੇ ਪਹੁੰਚਿਆ, ਨੌਜਵਾਨ ਨੂੰ ਹਸਪਤਾਲ ਵੀ ਲਿਜਾਇਆ ਗਿਆ? ਹਾਂਜੀ ਭਾਈ, ਸਿਰ 'ਚ ਹੀ ਸੱਟ, ਜਦੋਂ ਤੁਹਾਨੂੰ ਪਤਾ ਇੱਥੇ ਇੱਡਾ ਪਾੜ ਪੈ ਗਿਆ, ਕੀ ਕਰੂ ਬੰਦਾ ਇੱਥੇ। ਜੀ ਇੱਥੋਂ ਇੰਨੀ ਸਪੀਡ ਨਾਲ ਆ ਗਿਆ ਤੇ ਬੰਦੇ ਤੇ ਕੀ ਕਰੂ ਬੰਦਾ ਇੱਥੇ ਬੰਦਾ। ਪਰਿਵਾਰ ਦੇ ਵੀ ਅੰਦਾਜ਼ਾ ਲਾਇਆ ਸਕਦਾ ਵੀ ਤਿੰਨ ਜਿਹੜੇ ਉਹਦੇ ਹਿੱਸੇ ਹੋ ਗਏ ਘਰ? ਹਾਂਜੀ ਭਾਈ, ਤਿੰਨ ਹਿੱਸੇ ਹੋ ਗਏ, ਕੀ ਕਰੇ ਬੰਦਾ ਭਾਈ। ਕਾਰ ਤੇ ਭਾਈ ਲੋਹਾ ਤੇ ਕੁੱਟ ਕੇ ਸਿੱਧਾ ਆਇਆ, ਬੰਦਾ ਥੋੜੀ ਵਿਛੋੜਾ ਪਾਇਆ ਜਿਹਨੇ ਉਹਨੇ ਆ ਜਾਣਾ। ਲੋਹਾ ਆਪਾਂ ਕੁੱਟ ਕੇ ਸਿੱਧਾ ਕਰ ਲਾਂਗੇ, ਪਰ ਬੰਦਾ ਜਿਹੜਾ ਚੱਲ ਜਾਂਦਾ ਦੁਨੀਆਂ ਤੋਂ ਭਾਜੀ, ਉਹ ਨਹੀਂ ਆਉਂਦਾ। ਜਿਹੜਾ ਮ੍ਰਿਤਕ ਨੌਜਵਾਨ ਦੇ ਪਰਿਵਾਰ ਦੇ ਵਿੱਚ ਕੌਣ ਕੌਣ ਸੀਗੇ? ਭਾਈ ਇਹਨਾਂ ਦੇ ਪਰਿਵਾਰ 'ਚ ਹੈਗਾ ਇਹਨਾਂ ਦਾ ਪਿਤਾ ਜੀ, ਇਹਨਾਂ ਦੇ ਮੰਮੀ ਹੈਗੇ ਆ, ਇਹਨਾਂ ਦੇ ਭੈਣ ਵਾ, ਤੇ ਆਪ ਹੀ ਭਾਜੀ ਇਕੱਲਾ ਇਕੱਲਾ ਭਾਜੀ ਮੁੰਡਾ ਜੀ। ਬੱਚੇ ਦਾ ਹੁਣ ਭਾਈ ਖੀਰਾਂ ਵਾਲੀ ਆ। ਅੱਛਾ ਹਾਂਜੀ, ਫਰਿੱਜਰ ਆ ਤੇ ਖੀਰਾਂ ਵਾਲੀ ਉੱਥੇ ਲੱਗਾ। ਸਰਕਾਰ ਜਿਹੜਾ ਪਰਿਵਾਰ ਦੇ, ਸਰਕਾਰ ਭਾਈ ਬਾਹਰੋਂ ਆਉਣਗੇ ਕੈਨੇਡਾ ਜੋ ਭਾਜੀ, ਤੇ ਫਿਰ ਸਰਕਾਰ ਕਰਾਂਗੇ। ਹਾਂਜੀ ਸਰ, ਕੀ ਨਾਮ ਤੁਹਾਡਾ? ਸੰਦੀਪ ਸਿੰਘ ਭਾਜੀ। ਸੰਦੀਪ ਸਿੰਘ ਜੀ, ਜਿਹੜੀ ਰਾਤ ਪੈਟਰੋਲ ਪੰਪ ਦੇ ਸਾਹਮਣੇ ਘਟਨਾ ਵਾਪਰੀ, ਉਹ ਕਿਵੇਂ ਵਾਪਰੀ ਆ? ਭਾਜੀ ਮੈਂ ਰਾਤ ਪੰਪ 'ਤੇ ਡਿਊਟੀ ਕਰਦਾ ਸੀ, ਮੈਨੂੰ ਬਹੁਤ ਜ਼ਿਆਦਾ ਖੜਕੇ ਦੀ ਆਵਾਜ਼ ਆਈ। ਮੈਂ ਇੱਧਰੋਂ ਜਦੋਂ ਬਾਹਰ ਨਿਕਲ ਕੇ ਦੇਖਿਆ ਨਾ, ਜਦੋਂ ਮੈਂ ਬਾਹਰ ਗਿਆ ਵਾਂ ਭਾਜੀ, ਅਤੇ ਮੈਂ ਦੇਖਿਆ ਵੀ ਉਹ ਇੱਕ ਸਾਈਡ ਗੱਡੀ ਦੀ ਪਈ ਸੀ, ਇੱਕ ਸਾਈਡ 'ਤੇ ਲੱਭੀ ਨਹੀਂ, 5-7 ਮਿੰਟਾਂ ਦੇ ਵਿੱਚ ਦੂਜੀ ਸਾਈਡ ਲੱਭੀ। ਦੂਜੀ ਸਾਈਡ ਤੋਂ ਜਦੋਂ ਗਾਂਹ ਗਏ ਹਾਂ, ਉੱਥੇ ਉੱਤਮਵੀਰ ਬੈਠਾ, ਉਹ ਲੰਮੇ ਪੈ ਗਏ ਜਿਨ੍ਹਾਂ ਦਾ ਐਕਸੀਡੈਂਟ ਹੋਇਆ। ਜਿਨ੍ਹਾਂ ਦਾ ਐਕਸੀਡੈਂਟ ਹੋਇਆ ਹੈ ਨਾ, ਤੁਸੀਂ ਉਹਨਾਂ ਨੂੰ ਪਹਿਲਾਂ ਤੋਂ ਜਾਣਦੇ ਸੀਗੇ? ਹਾਂਜੀ ਹਾਂਜੀ, ਇੱਕੋ ਪਿੰਡ ਦੇ ਭਾਜੀ। ਠੀਕ ਹੈ ਜੀ। ਹਾਂਜੀ ਹਾਂਜੀ, ਠੀਕ ਹੈ, ਆਪਣਾ ਭਰਾ ਹੀ ਆ। ਠੀਕ ਹੈ, ਕੀ ਦੇਖਿਆ ਤੁਸੀਂ ਮੌਕੇ 'ਤੇ? ਮੌਕੇ 'ਤੇ ਭਾਜੀ ਫਿਰ ਉਹ ਜਿਹੜੀ ਗੱਡੀ ਸੀ, ਉਹ ਵੀ 2-3 ਹਿੱਸਿਆਂ 'ਚ ਪਈ ਸੀ ਜੀ, ਅਤੇ ਉੱਤਮ ਵੀ ਭਾਜੀ ਵੀ ਪਿਆ ਸੀ ਇੱਦਾਂ ਲੰਮੇ ਸੀ, ਉਹ ਪੈਰ ਉਹਨਾਂ ਦੇ ਗਰ ਦੇ ਵਿੱਚ ਸੀ। ਅਤੇ ਜਦੋਂ ਮੈਂ ਦੇਖਿਆ ਦੁਖਿਆ ਤਾਂ ਲਾਗੇ ਜਿਹੜੇ ਹੋਰ ਬੰਦੇ ਗਏ, ਫਿਰ ਭਾਜੀ ਹੁਣਾਂ ਨੂੰ ਫੋਨ ਕੀਤਾ ਜੀ, ਅਤੇ ਭਾਜੀ ਹੁਣੀ ਆਏ, ਫਿਰ ਬਾਹਰ ਕੱਢਿਆ ਮੁੰਡੇ ਨੂੰ, ਉੱਤਮ ਨੂੰ, ਫਿਰ ਸ਼ਹਿਰ ਲੈ ਗਏ ਭਾਜੀ। ਉੱਥੇ ਉਹਨਾਂ ਨੇ ਉਹਨਾਂ ਨੂੰ ਫਿਰ ਮ੍ਰਿਤਕ ਘੋਸ਼ਿਤ ਕਰਤਾ। ਹਾਂਜੀ ਹਾਂਜੀ, ਠੀਕ ਹੈ ਜੀ। ਹਾਂਜੀ, ਅਤੇ ਬਾਅਦ 'ਚੋਂ ਫਿਰ ਘਰੇ ਲੈਂਦਾ ਸੀ। ਇਹ ਘਟਨਾ ਦੇ ਕੋਈ ਕਾਰਨ ਸਾਹਮਣੇ ਆਏ ਹੈ ਕੋਈ, ਵੀ ਕਿ ਹਾਦਸਾ ਕਿਵੇਂ ਵਾਪਰਿਆ?
ਨਹੀਂ ਭਾਜੀ ਮੈਨੂੰ ਤਾਂ ਖੜਕੇ ਦੀ ਆਵਾਜ਼ ਆਈ, ਮੈਂ ਫਿਰ ਉੱਠ ਕੇ ਗਿਆ ਜੀ ਅਸੀਂ ਬੰਦੇ ਦੋ ਅਸੀਂ ਦੋਵੇਂ ਜਾਣੇ ਉੱਠ ਕੇ ਗਏ ਅਤੇ ਉੱਥੇ ਜਾ ਕੇ ਦੇਖਿਆ ਫਿਰ ਗੱਡੀ ਦੋਵੇਂ ਤਿੰਨ ਹਿੱਸਿਆਂ ਦੇ ਵਿੱਚ ਖਿਲਰੀ ਪਈ ਸੀ। ਪਹਿਲਾਂ ਸਾਨੂੰ ਇੱਕ ਚੀਜ਼ ਹੀ ਦਿਖੀ ਆ, ਦੂਜੀ ਜਿਹੜੀ ਬਾਅਦ 'ਚੋਂ ਦਿਖੀ ਕਿਉਂਕਿ ਉੱਥੇ ਛਾਪੀਆਂ ਸੀ ਭਾਜੀ ਨੇਰਾ ਬਹੁਤ ਸੀ ਜੀ। ਹਾਂ ਜਦੋਂ ਲੱਭਦੇ ਰਹੇ ਫਿਰ ਪਤਾ ਲੱਗਾ, ਜਿੱਦਾਂ ਸਾਈਡਾਂ 'ਤੇ ਗੱਡੀ ਗੁੱਡੀ ਲੰਘੀ ਫਿਰ ਚੈਸੀ ਦਾ ਪਤਾ ਲੱਗਾ। ਠੀਕ ਹੈ ਹਾਂਜੀ, ਕਾਫੀ ਦੂਰ ਤੱਕ ਸਮਾਨ ਜਿਹੜਾ ਕਾਰ ਦਾ ਖਿਲ ਰਿਹਾ। ਹਾਂਜੀ ਹਾਂਜੀ ਖਿਲ ਰਿਹਾ ਭਾਜੀ, ਕਾਫੀ ਦੂਰ ਤੱਕ ਸੀ, ਕੋਈ ਚੱਕਾ ਕਿਤੇ ਸੀ ਕੁੱਲ ਸੰਸਰ ਕਿਸੇ ਬੰਨੇ ਨੂੰ ਚਲ ਗਿਆ। ਠੀਕ ਹੈ, ਇੰਜਣ ਕਿਤੇ ਆ ਡਿੱਗੀ ਆ, ਬੈਕ ਸਾਈਡ ਕਿਤੇ ਬੈਕ ਸਾਈਡ ਪਹਿਲਾਂ ਪਿੱਛੇ ਵੱਜੀ ਨਾ ਜਿੱਥੇ ਕਿੱਕਰ ਤੇ ਉਹ ਉੱਥੇ ਰਹਿ ਗਈ ਆ, ਦੂਜੀ ਸਾਈਡ ਅੱਗੇ ਚਲ ਗਈ ਆ। ਠੀਕ, ਉਸ ਤੋਂ ਅੱਗੇ ਉੱਤੋਂ ਭਾਜੀ ਬੈਠੇ ਹੋ ਤੇ ਲੰਮੇ ਪੈ ਗਏ ਸੀ, ਜਾਣੀ ਕਿ ਉਹਨਾਂ ਨੂੰ ਕੋਈ ਹੋਸ਼ ਨਹੀਂ ਹੈਗੀ। ਠੀਕ ਹਾਂਜੀ ਹਾਂਜੀ ਸਰ, ਕੀ ਨਾਮ ਤੁਹਾਡਾ? ਸਰ ਮੇਰਾ ਨਾਮ ਮੰਗਲ ਸਿੰਘ, ਸੈਫਲਾਬਾਦ ਦੇ ਬਿਕਰਮਜੀਤ ਸਿੰਘ ਪ੍ਰਧਾਨ ਜਿਹੜੇ ਮੇਰੇ ਪਰਮ ਮਿੱਤਰ ਸੀਗੇ। ਜਿਹੜੇ ਬੱਚੇ ਦੀ ਸੜਕਾਂ ਹਾਦਸੇ ਵਿੱਚ ਮੌਤ ਹੋਈ ਆ, ਮਤਲਬ ਕਿਵੇਂ ਹੋਈ ਹੈ? ਇਹ ਪ੍ਰਧਾਨ ਸਾਹਿਬ ਜੀ ਦੱਸਣ 'ਤੇ ਆ ਜੀ ਵੀ ਉਹ ਗਾਡੀ ਵਾਸ਼ ਕਰਾਉਣ ਗਏ ਸੀਗੇ ਜੀ, ਅਤੇ ਰਸਤੇ ਵਿੱਚ ਬਾਅਦ 'ਚ ਐਕਸੀਡੈਂਟ ਹੋ ਗਿਆ ਅਤੇ ਇਹਨਾਂ ਨੂੰ ਕੌਲ ਆਈ ਆ ਪੈਟਰੋਲ ਪੰਪ ਵਾਲਿਆਂ ਨੇ ਕੀਤੀ ਆ ਜੀ, ਅਤੇ ਜਦੋਂ ਜਾ ਕੇ ਗਏ ਆ ਤਾਂ ਗੰਭੀਰ ਹਾਲਤ ਸੀਗੀ, ਅਤੇ ਚੱਕ ਕੇ ਸਿਵਲ ਹੋਸਪਿਟਲ ਲੈ ਗਿਆ ਤਾਂ ਉਹਨਾਂ ਨੇ ਮ੍ਰਿਤਕ ਘੋਸ਼ਿਤ ਕਰਤਾ ਜੀ। ਸਦਮਾ ਇੰਨਾ ਜ਼ਿਆਦਾ ਹੋ ਗਿਆ ਵਾ ਵੀ ਇਹ ਤੋਂ ਅੱਗੇ ਸ਼ਬਦ ਹੈ ਨਹੀਂ ਕੋਈ ਨੂੰ, ਜਿੰਨਾ ਸਾਡੇ ਪ੍ਰਧਾਨ ਸਾਹਿਬ ਨਾਲ ਜਾਂ ਪ੍ਰਧਾਨ ਪਰਿਵਾਰ ਦੇ ਨਾਲ ਜਿੰਨਾ ਧੱਕਾ ਕਰ ਗਿਆ ਇਸ ਟਾਈਮ 'ਤੇ ਸਾਡੇ ਦੋ ਤਿੰਨ ਪਿੰਡਾਂ ਦੇ ਵਿੱਚ ਪੂਰੀ ਸੋਗ ਦੀ ਲਹਿਰ ਆ ਜੀ, ਅਤੇ ਮਹਾਰਾਜ ਨੇ ਬਹੁਤ ਧੱਕਾ ਕੀਤਾ। ਅਤੇ ਬੱਚਾ ਵੀ ਇਕੱਲਾ ਸੀਗਾ, ਇਕੱਲਾ ਬੱਚਾ ਸੀ ਜੀ, ਇਹਦੀ 8 ਤਰੀਕ ਨੂੰ ਉਹਦਾ ਬਰਥਡੇ ਸੀਗਾ, ਉਹਨੂੰ ਮੈਂ ਸਾਲ ਲੱਗਣਾ ਸੀ, ਹਲੇ 18 ਸਾਲ ਦੇ ਨੀ, 18 ਸਾਲ ਦੇ ਸੀ ਹਾਂਜੀ। ਔਰ 1 ਤਰੀਕ ਨੂੰ ਬੇਟੇ ਨੇ ਕੁਸ਼ਤੀ ਕੀਤੀ, ਹਲੇ ਭਲਵਾਨੀ ਕਰਦੇ ਸੀਗੇ, ਬਹੁਤ ਵਧੀਆ ਸਰੀਰ ਸੀਗਾ। ਹੋਰ ਵੀ ਬੱਚਿਆਂ ਨੂੰ ਦੱਸਦੇ ਪ੍ਰੇਰਿਤ ਕਰਦੇ ਸੀਗੇ, ਪ੍ਰੇਰਿਤ ਕਰਦੇ ਸੀ, ਗਰਾਊਂਡ ਦੇ ਵਿੱਚ ਲੈ ਕੇ ਜਾਂਦੇ ਸੀਗੇ, ਤੇ ਪ੍ਰਧਾਨ ਜੀ ਵੀ ਇਹੋ ਹੀ ਕੰਮ ਕਰਦੇ ਸੀਗੇ ਵੀ ਜਿੰਮ ਜਾਂਦੇ ਸੀ, ਬੱਚਿਆਂ ਨੂੰ ਗਾਈਡ ਕਰਦੇ ਸੀਗੇ, ਖੇਡਾਂ ਵੱਲ ਪ੍ਰਮੋਟ ਕਰਦੇ ਸੀ, ਖੇਡਾਂ ਨੂੰ ਪ੍ਰਮੋਟ ਕਰਦੇ ਸੀ। ਪਰ ਮਹਾਰਾਜ ਨੇ ਜੋ ਪ੍ਰਧਾਨ ਜੀ ਨੇ ਕੀਤਾ ਵਾ ਬਹੁਤ ਮਾੜਾ ਕੀਤਾ, ਤੇ ਬਹੁਤ ਬਹੁਤ ਮਾੜਾ ਕੀਤਾ ਜੀ। ਬੱਚੇ ਦਾ ਅੰਤਮ ਸੰਸਕਾਰ ਕਦੋਂ ਕਰ ਰਹੇ ਆ? ਇਹ ਦੇਖੋ ਜੀ, ਉਹਦੇ ਪਰਿਵਾਰਕ ਥੋੜ੍ਹਾ ਵਿਦੇਸ਼ ਦੇ ਵਿੱਚ ਹਾਂਜੀ, ਜਦੋਂ ਆਉਣਗੇ ਠੀਕ ਹੈ, ਅਤੇ ਉਹ ਤੋਂ ਬਾਅਦ ਫਿਰ ਸਾਰਿਆਂ ਨੂੰ ਦੱਸਿਆ ਜਾਊਗਾ ਜਦੋਂ ਸੰਸਕਾਰ ਹੋਊਗਾ। ਅਤੇ ਪਿੰਡ ਦਾ ਹੀ ਭਾਅ ਜੀ ਆਪਣੇ।